ਦੁਬਈ ਵਿਖੇ ਚੰਗੇ ਭਵਿੱਖ ਦੀ ਆਸ ਲੈ ਕੇ ਗਏ ਨੌਜਵਾਨ ਲਖਵਿੰਦਰ ਸਿੰਘ ਦੀ ਸੜਕ ਹਾਦਸੇ ਦੇ ਵਿਚਾਲੇ ਮੌਤ ਹੋ ਗਈ। 33 ਸਾਲਾ ਇਹ ਨੌਜਵਾਨ ਬੀਤੇ 3 ਮਹੀਨੇ ਪਹਿਲਾਂ ਹੀ ਦੁਬਈ ਵਿਖੇ ਗਿਆ ਸੀ ਕਿ ਤਾਂ ਜੋ ਆਪਣੇ ਭਵਿੱਖ ਨੂੰ ਹੋਰ ਬਿਹਤਰ ਬਣਾ ਸਕੇ ਅਤੇ ਉਹ ਉੱਥੇ ਨਿੱਜੀ ਕੰਪਨੀ 'ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ ਅਤੇ ਸੜਕ ਹਾਦਸੇ ਦੇ ਵਿਚਾਲੇ ਉਸਦੀ ਮੌਤ ਹੋ ਗਈ। ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਸੀ ਅਤੇ ਇਹ ਖੁਸ਼ਖਬਰੀ ਦੱਸੀ ਸੀ ਕਿ ਉਸਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਹੈ, ਜਿਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਵੀ ਬਹੁਤ ਖੁਸ਼ੀਆਂ ਖੇੜਿਆਂ ਦਾ ਮਾਹੌਲ ਸੀਗਾ, ਹਰ ਕੋਈ ਖੁਸ਼ ਸੀਗਾ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਦੁਖਦਾਈ ਖਬਰ ਮਿਲੇਗੀ ਕਿ ਉਹਨਾਂ ਦੇ ਇਸ ਪੁੱਤ ਦੀ ਮੌਤ ਹੋ ਗਈ ਹੈ। ਦੁਖਦਾਈ ਖਬਰ ਨੂੰ ਸੁਣ ਕੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉੱਥੇ ਹੀ ਇਹ ਨੌਜਵਾਨ ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦਾ ਰਹਿਣ ਵਾਲਾ ਸੀ ਅਤੇ ਜਦ ਇਸ ਦੀ ਮ੍ਰਿਤਕ ਦੇ ਪਿੰਡ ਵਿਖੇ ਪਹੁੰਚੀ ਤਾਂ ਪਿੰਡ ਵਾਸੀਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ। ਆਂਢ ਗੁਆਂਢ ਦੇ ਲੋਕਾਂ ਦੇ ਵੱਲੋਂ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਜੋ ਅੰਤਿਮ ਰਸਮਾਂ ਉਹ ਅਦਾ ਕੀਤੀਆਂ। ਤੁਹਾਨੂੰ ਦੱਸ ਦਈਏ ਕਿ 3 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਇੱਕ ਚੰਗੇ ਭਵਿੱਖ ਦੀ ਆਸ ਲੈ ਕੇ ਦੁਬਈ ਵਿਖੇ ਗਿਆ ਸੀ ਅਤੇ ਉੱਥੇ ਮਿਹਨਤ ਕਰਦਾ ਸੀ ਅਤੇ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਸੀ ਕਿ ਹੁਣ ਉਸਦਾ ਲਾਇਸੈਂਸ ਬਣ ਗਿਆ ਅਤੇ ਆਗਾਮੀ ਉਸਨੂੰ ਕੋਈ ਔਖ ਨਹੀਂ ਆਏਗੀ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੀ 2 ਪਲ ਦੀ ਖੁਸ਼ੀ ਕਦ ਗਮ ਦੇ ਵਿੱਚ ਤਬਦੀਲ ਹੋ ਜਾਵੇਗੀ। ਤਾਂ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਦਾ ਕਿ ਉਸਦੀ ਸੜਕ ਹਾਦਸੇ ਦੇ ਵਿਚਾਲੇ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਇਹ ਵੀ ਗਲਤੀ ਡਰਾਈਵਰ ਦੀ, ਮਗਰਲੇ ਦੀ ਗਲਤੀ, ਇੱਕ ਮੋਟਰਸਾਈਕਲ ਦੇ ਪਿੱਛੋਂ ਟੇਕ ਕੀਤਾ ਡਰਾਈਵਰ ਨੇ, ਨਾ ਉਹ ਕੰਪਨੀ ਨੇ ਕੁਛ ਦੱਸਿਆ ਵੀ ਕਿਹਦੇ ਨਾਲ ਐਕਸੀਡੈਂਟ ਹੋਇਆ, ਕੀ ਹੋਇਆ, ਕੋਈ ਪ੍ਰੂਫ ਨਹੀਂ ਭੇਜਿਆ ਤੁਹਾਨੂੰ। ਹਾਂਜੀ, ਅਜੇ ਤੱਕ ਕੋਈ ਮਦਦ ਨਹੀਂ ਕੀਤੀ ਸਾਡੀ, ਨਾ ਕੋਈ ਪ੍ਰਸ਼ਾਸਨ ਵਾਲਾ ਆਇਆ ਹੀ ਹੈ ਇੱਥੇ। ਤੇ ਜਿਹੜੀ ਡੈਡ ਬੋਡੀ ਲਿਆਂਦੀ ਗਈ ਉਹ ਕਿਹਦੇ ਮਦਦ ਨਾਲ? ਉਹ ਉੱਥੇ ਮੁੰਡਿਆਂ ਦੀ ਮਦਦ ਨਾਲ, ਉੱਥੇ ਜਿਹੜੇ ਯਾਰ ਦੋਸਤ ਸੀਗੇ, ਕੋਈ ਰਿਸ਼ਤੇਦਾਰ, ਉਹਨਾਂ ਨੇ ਮਦਦ ਕਰਕੇ ਉਹਨੇ ਭੇਜਿਆ ਸਾਰਾ ਕੁਛ। ਆਖਰੀ ਵਾਰ ਲੱਗੀ ਮੈਂ ਕਿੱਦਾਂ ਗੱਲ ਕਰਦੀ? ਮੇਰੀ 3 ਦਿਨ ਪਹਿਲਾਂ ਹੋ ਜਾਏ ਜੀ। ਕੀ ਕਹਿੰਦੇ? ਉਦੋਂ ਉਹਦਾ ਲਾਇਸੈਂਸ ਬਣਿਆ, ਕਹਿੰਦੇ ਪਾਸ ਹੋ ਗਿਆ ਮੈਂ ਲਾਇਸੈਂਸ, ਹੁਣ ਸਭ ਕੁਛ ਸਹੀ ਹੋ ਜਾਣਾ। ਤੀਸਰੇ ਦਿਨ ਬਾਅਦ ਉਹਦੇ ਮਿਲਣੇ ਤੋਂ 30 ਦਿਨ ਬਾਅਦ ਡੈਥ ਹੋ ਗਈ, ਐਕਸੀਡੈਂਟ ਹੋ ਗਏ। ਪ੍ਰਸ਼ਾਸਨ ਵੱਲੋਂ ਤਾਂ ਨਾ ਅਸੀਂ ਆਪਣੇ ਤੌਰ 'ਤੇ ਹੀ ਮੇਲ ਕੀਤੀਆਂ, ਆਪਣੇ ਤੌਰ 'ਤੇ ਐਫਰਟ ਕੀਤੀਆਂ ਪਰਿਵਾਰ ਨੇ, ਅਤੇ ਇਸ ਕਰਕੇ ਬੋਡੀ ਜਿਹੜੀ ਆ ਪਹੁੰਚੀ ਆ। ਸਰਕਾਰ ਵੱਲੋਂ ਜਿਹੜਾ ਨਾ ਉਹ ਬਹੁਤਾ ਸਾਨੂੰ ਨਾ ਸਹਿਯੋਗ ਮਿਲਿਆ ਜੀ ਥੋੜ੍ਹੀ, ਅਤੇ ਨਾ ਕੋਈ ਆਇਆ ਜੀ ਅੱਜ ਤੱਕ। ਕੀ ਵਾਕਿਆ ਹੋਇਆ ਸੀ ਇਹਨਾਂ ਦੇ ਨਾਲ? ਇਹ ਇੱਥੋਂ ਗਏ ਸੀਗੇ ਜੀ ਆਪਣੇ ਦੁਬਈ ਕੰਮ ਕਰਨ, ਡਿਲੀਵਰੀ ਬੁਆਏ ਦੇ ਤੌਰ 'ਤੇ, ਅਤੇ ਉਹ ਉੱਥੇ ਜਾ ਰਹੇ ਸੀ ਆਪਣੀ ਡਿਊਟੀ 'ਤੇ, ਅਤੇ ਐਕਸੀਡੈਂਟ ਹੋ ਗਿਆ, ਮਗਰੋਂ ਹਿੱਟ ਕੀਤਾ ਗਿਆ ਇਹਨੇ ਜੀ, ਅਤੇ ਉਹਦਾ ਪਤਾ ਵੀ ਕਹਿੰਦੇ ਲੱਗ ਗਿਆ। ਕੰਪਨੀ ਇਹ ਕਹਿੰਦੀ ਹੈ ਵੀ ਪਤਾ ਵੀ ਲੱਗ ਗਿਆ, ਪਰ ਅੱਜ ਤੋੜੀ ਉਹਦਾ ਲਿਖਤੀ ਸਬੂਤ ਸਾਨੂੰ ਕੋਈ ਨਹੀਂ ਮਿਲਿਆ। ਦੁਬਈ ਵਿਖੇ ਚੰਗੇ ਭਵਿੱਖ ਦੀ ਆਸ ਲੈ ਕੇ ਗਏ ਨੌਜਵਾਨ ਲਖਵਿੰਦਰ ਸਿੰਘ ਦੀ ਸੜਕ ਹਾਦਸੇ ਦੇ ਵਿਚਾਲੇ ਮੌਤ ਹੋ ਗਈ। 33 ਸਾਲਾ ਇਹ ਨੌਜਵਾਨ ਬੀਤੇ 3 ਮਹੀਨੇ ਪਹਿਲਾਂ ਹੀ ਦੁਬਈ ਵਿਖੇ ਗਿਆ ਸੀ ਕਿ ਤਾਂ ਜੋ ਆਪਣੇ ਭਵਿੱਖ ਨੂੰ ਹੋਰ ਬਿਹਤਰ ਬਣਾ ਸਕੇ ਅਤੇ ਉਹ ਉੱਥੇ ਨਿੱਜੀ ਕੰਪਨੀ 'ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਸੀ ਅਤੇ ਸੜਕ ਹਾਦਸੇ ਦੇ ਵਿਚਾਲੇ ਉਸਦੀ ਮੌਤ ਹੋ ਗਈ। ਕੁਝ ਦਿਨ ਪਹਿਲਾਂ ਹੀ ਉਸਨੇ ਆਪਣੇ ਘਰਦਿਆਂ ਨੂੰ ਫੋਨ ਕੀਤਾ ਸੀ ਅਤੇ ਇਹ ਖੁਸ਼ਖਬਰੀ ਦੱਸੀ ਸੀ ਕਿ ਉਸਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਹੈ, ਜਿਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਵੀ ਬਹੁਤ ਖੁਸ਼ੀਆਂ ਖੇੜਿਆਂ ਦਾ ਮਾਹੌਲ ਸੀਗਾ, ਹਰ ਕੋਈ ਖੁਸ਼ ਸੀਗਾ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹ ਦੁਖਦਾਈ ਖਬਰ ਮਿਲੇਗੀ ਕਿ ਉਹਨਾਂ ਦੇ ਇਸ ਪੁੱਤ ਦੀ ਮੌਤ ਹੋ ਗਈ ਹੈ। ਦੁਖਦਾਈ ਖਬਰ ਨੂੰ ਸੁਣ ਕੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਉੱਥੇ ਹੀ ਇਹ ਨੌਜਵਾਨ ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦਾ ਰਹਿਣ ਵਾਲਾ ਸੀ ਅਤੇ ਜਦ ਇਸ ਦੀ ਮ੍ਰਿਤਕ ਦੇ ਪਿੰਡ ਵਿਖੇ ਪਹੁੰਚੀ ਤਾਂ ਪਿੰਡ ਵਾਸੀਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ।
ਆਂਢ ਗੁਆਂਢ ਦੇ ਲੋਕਾਂ ਦੇ ਵੱਲੋਂ ਅਤੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਜੋ ਅੰਤਿਮ ਰਸਮਾਂ ਉਹ ਅਦਾ ਕੀਤੀਆਂ। ਤੁਹਾਨੂੰ ਦੱਸ ਦਈਏ ਕਿ 3 ਮਹੀਨੇ ਪਹਿਲਾਂ ਹੀ ਇਹ ਨੌਜਵਾਨ ਇੱਕ ਚੰਗੇ ਭਵਿੱਖ ਦੀ ਆਸ ਲੈ ਕੇ ਦੁਬਈ ਵਿਖੇ ਗਿਆ ਸੀ ਅਤੇ ਉੱਥੇ ਮਿਹਨਤ ਕਰਦਾ ਸੀ ਅਤੇ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਸੀ ਕਿ ਹੁਣ ਉਸਦਾ ਲਾਇਸੈਂਸ ਬਣ ਗਿਆ ਅਤੇ ਆਗਾਮੀ ਉਸਨੂੰ ਕੋਈ ਔਖ ਨਹੀਂ ਆਏਗੀ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦੀ 2 ਪਲ ਦੀ ਖੁਸ਼ੀ ਕਦ ਗਮ ਦੇ ਵਿੱਚ ਤਬਦੀਲ ਹੋ ਜਾਵੇਗੀ। ਤਾਂ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਦਾ ਕਿ ਉਸਦੀ ਸੜਕ ਹਾਦਸੇ ਦੇ ਵਿਚਾਲੇ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਉਹ ਵੀ ਗਲਤੀ ਡਰਾਈਵਰ ਦੀ, ਮਗਰਲੇ ਦੀ ਗਲਤੀ, ਇੱਕ ਮੋਟਰਸਾਈਕਲ ਦੇ ਪਿੱਛੋਂ ਟਿੱਕ ਦਿੱਤਾ ਡਰਾਈਵਰ ਨੇ, ਨਾ ਕੰਪਨੀ ਨੇ ਕੁਛ ਦੱਸਿਆ ਵੀ ਕਿਹਦੇ ਨਾਲ ਐਕਸੀਡੈਂਟ ਹੋਇਆ, ਕੀ ਹੋਇਆ, ਕੋਈ ਪਰੂਫ ਨਹੀਂ ਭੇਜਿਆ ਤੁਹਾਨੂੰ। ਹਾਂਜੀ, ਮੁੰਡਿਆਂ ਦੀ ਮਦਦ ਉੱਥੇ ਜਿਹੜੇ ਯਾਰ ਦੋਸਤ ਸੀਗੇ ਕੋਈ ਰਿਸ਼ਤੇਦਾਰ, ਉਹਨਾਂ ਨੇ ਮਦਦ ਕਰਕੇ ਉਹ ਨਹੀਂ ਭੇਜਿਆ। ਆਖਰੀ ਵਾਰ ਲਖਵੀਰ ਨਾਲ ਕਿੱਦਾਂ ਗੱਲ ਹੋਈ? ਮੇਰੀ 3 ਦਿਨ ਪਹਿਲਾਂ ਹੋਈ ਹੈ ਜੀ। ਕੀ ਕਹਿੰਦੇ? ਉਦੋਂ ਉਹਦਾ ਲਾਇਸੈਂਸ ਬਣਿਆ, ਕਹਿੰਦੇ ਪਾਸ ਹੋ ਗਿਆ ਮੈਂ ਲਾਇਸੈਂਸ, ਹੁਣ ਸਭ ਕੁਛ ਸਹੀ ਹੋ ਜਾਣਾ। ਤੀਸਰੇ ਦਿਨ ਬਾਅਦ ਉਹਦੇ ਮਿਲਣੇ ਤੋਂ 30 ਦਿਨ ਬਾਅਦ ਡੈਥ ਹੋ ਗਈ, ਐਕਸੀਡੈਂਟ ਹੋ ਗਏ। ਪ੍ਰਸ਼ਾਸਨ ਵੱਲੋਂ ਤਾਂ ਨਾ ਅਸੀਂ ਆਪਣੇ ਤੌਰ 'ਤੇ ਹੀ ਮੇਲ ਕੀਤੀਆਂ, ਆਪਣੇ ਤੌਰ 'ਤੇ ਐਫਰਟ ਕੀਤੀਆਂ ਪਰਿਵਾਰ ਨੇ, ਅਤੇ ਇਸ ਕਰਕੇ ਬੋਡੀ ਜਿਹੜੀ ਆ ਪਹੁੰਚੀ ਆ। ਸਰਕਾਰ ਵੱਲੋਂ ਜਿਹੜਾ ਨਾ ਉਹ ਬਹੁਤਾ ਸਾਨੂੰ ਨਾ ਸਹਿਯੋਗ ਮਿਲਿਆ ਜੀ ਥੋੜ੍ਹੀ, ਅਤੇ ਨਾ ਕੋਈ ਆਇਆ ਜੀ ਅੱਜ ਤੱਕ। ਕੀ ਵਾਕਿਆ ਹੋਇਆ ਸੀ ਇਹਨਾਂ ਦੇ ਨਾਲ? ਇਹ ਇੱਥੋਂ ਗਏ ਸੀਗੇ ਜੀ ਆਪਣੇ ਦੁਬਈ ਕੰਮ ਕਰਨ, ਡਿਲੀਵਰੀ ਬੋਆਏ ਦੇ ਤੌਰ 'ਤੇ, ਅਤੇ ਉਹ ਉੱਥੇ ਜਾ ਰਹੇ ਸੀ ਆਪਣੀ ਡਿਊਟੀ 'ਤੇ, ਅਤੇ ਐਕਸੀਡੈਂਟ ਹੋ ਗਿਆ ਮਗਰੋਂ ਹਿੱਟ ਕੀਤਾ ਗਿਆ ਨੇ ਜੀ। ਅਤੇ ਉਹਦਾ ਪਤਾ ਵੀ ਕਹਿੰਦੇ ਲੱਗ ਗਿਆ, ਕੰਪਨੀ ਇਹ ਕਹਿੰਦੀ ਆ ਵੀ ਪਤਾ ਵੀ ਲੱਗ ਗਿਆ, ਪਰ ਅੱਜ ਤੋਂ ਉਹਦਾ ਲਿਖਤੀ ਸਬੂਤ ਸਾਨੂੰ ਕੋਈ ਨਹੀਂ ਮਿਲਿਆ।